ਇੱਕ ਵਾਰ ਜ਼ਰੂਰ ਵੀਡੀਓ ਨੂੰ ਦੇਖਿਓ। ਆਏ ਆ ਜੀ MiG-21 ਦੇ ਵਿੱਚ ਇੰਡੀਅਨ ਏਅਰਫੋਰਸ ਦਾ ਬਹੁਤ ਹੀ ਬੈਸਟ ਫਾਈਟਰ ਪਲੇਨ ਸੀਗਾ। ਇਹਦੇ ਲੈਫਟ ਰਾਈਟ ਕਰਨੇ ਨੂੰ ਹੋ ਗਿਆ ਜੀ, ਇਹ ਹੋ ਗਿਆ ਇਹਦਾ ਸਟੇਅਰਿੰਗ ਜਿੱਦਾਂ ਨੂੰ ਚਲਾਵਾਂਗੇ, ਅਤੇ ਇਹ ਹੋ ਗਿਆ ਗੋਲੀਆਂ ਦਾ, ਇਹ ਮਿਜ਼ਾਈਲ ਦਾ ਆਪਸ਼ਨ ਹੈ ਜੀ। ਬਾਕੀ ਇਹਦੇ ਵਿੱਚ ਹੋਰ ਵੀ ਬਹੁਤ ਕੰਟਰੋਲਿੰਗ ਆ। ਇਹ ਹੋ ਗਈ ਇਹਦੀ ਰੇਸ ਜਿਹਦੇ ਨੂੰ ਅੱਗੇ ਜਾਂਦਾ ਜੀ। ਇਹ ਜਿਹੜੀ ਇੰਡੀਅਨ ਨੇਵੀ ਦੀ ਆਹ ਫੋਰਸ ਦੀ ਟ੍ਰੇਨਿੰਗ ਹੁੰਦੀ ਉਹ ਇੱਦਾਂ ਦੀ ਸਿਮੂਲੇਟਰ ਦੇ ਵਿੱਚ ਹੁੰਦੀ ਹੈ, ਅਤੇ ਕੰਟਰੋਲਿੰਗ ਇਹ ਪਹਿਲਾਂ ਦੇ ਪੁਰਾਣੇ ਸਮੇਂ ਦਾ ਹੈ, ਤਾਂ ਕਰਕੇ ਇਹਦੇ ਵਿੱਚ ਬਹੁਤ ਜ਼ਿਆਦਾ ਕੰਟਰੋਲਿੰਗ ਅੱਜ ਕੱਲ੍ਹ ਬਹੁਤ ਘੱਟ ਚੁੱਕੀ ਹੈ। ਪੂਰਾ ਰੀਅਲ ਫੀਲ ਆਉਂਦਾ ਜੀ ਇਹਦੇ ਵਿੱਚ ਬਹਿ ਕੇ। ਇਹ ਸਾਰੇ ਬਟਨ ਹੋ ਗਏ ਜੀ ਇਹਦੇ, ਆਪਾਂ ਨੂੰ ਇਹਨਾਂ ਬਾਰੇ ਨੌਲੇਜ ਹੈ। ਇੰਜੈਕਟ ਕਰਨ ਵਾਸਤੇ ਜੇ ਐਮਰਜੈਂਸੀ ਹੋਵੇ ਸੀਟ ਨਿਕਲ ਜਾਂਦੀ ਹੈ।